ਦੇ ਨਾਲ ਵੱਲੋਂ ਬਚਿਆ ਹੋਇਆ ਚੂਨਾ ਵੱਡੀ ਗਿਣਤੀ ਚ ਮੰਡੀ ਚ ਸੁੱਟ ਦਿੱਤਾ ਗਿਆ ਸੀ, ਜਿਸ ਕਾਰਨ ਕਿਸਾਨ ਨੂੰ ਆਪਣੀ ਫਸਲ ਨੂੰ ਮੰਡੀ ਵਿੱਚ ਉਤਾਰਨ ਦੀ ਜਗ੍ਹਾ ਨੂੰ ਲੈ ਕੇ ਕਾਫੀ ਮੁਸ਼ਕਿਲਾਂ ਆ ਗਈਆਂ ਸਨ, ਕਿਉਂਕਿ ਜੇਕਰ ਇਹ ਚੂਨਾ ਉਹਨਾਂ ਦੀ ਫਸਲ ਨਾਲ ਮਿਲ ਜਾਂਦਾ ਤਾਂ ਉਹਨਾਂ ਦੀ ਫਸਲ ਜ਼ਹਿਰੀਲੀ ਹੋ ਜਾਣੀ ਸੀ ਅਤੇ ਉਹਨਾਂ ਨੂੰ ਇਸ ਚੂਨੇ ਨਾਲ ਨੁਕਸਾਨ ਹੋ ਸਕਦਾ ਸੀ। ਚੂਨਾ ਤਾਂ ਜੀ ਆਪਾਂ ਤੋਂ ਤਾਂ ਝੂਠ ਵੱਜਦਾ ਨਹੀਂ ਗਾ, ਚੂਨਾ ਇੱਥੇ ਪਿਆ ਰਿਹਾ ਹੈਗਾ ਪਹਿਲਾਂ ਸਾਰੀ ਅੱਧੀ ਮੰਡੀ ਮੰਨ ਲਓ ਭਰੀ ਹੋਈ ਸੀ, ਹੁਣ ਤਾਂ ਇੱਥੇ ਘਟੇਰੀ ਜੀ ਸੀਗੀ, ਹੁਣ 20 ਵਾਰੀ ਕਹਿਣ ਤੋਂ ਬਾਅਦ ਵੀ ਉਹ ਸਿੱਟੀ ਆ ਚੱਕ ਕੇ ਮਿੱਟੀ ਜਾ ਹੋ ਜੂ, ਉਹ ਕਣਕ ਹੀ ਬੇਕਾਰ ਹੋ ਜੂ, ਕਣਕ ਹੀ ਬੇਕਾਰ ਹੋ ਜੂ ਜੀ, ਸਫਾਈ ਤਾਂ ਹੋਵੇ ਫਿਰ ਤਾਂ ਠੀਕ ਹੈ, ਨਹੀਂ ਕਿਤੇ ਸਫਾਈ ਹੋਈ ਨਹੀਂ। ਇਹ ਕੋਈ ਪਿੰਡ ਦਾ ਹੀ ਸੀਗਾ ਬੰਦਾ, ਉਹਨਾਂ ਨੇ ਮਤਲਬ ਆਪਦਾ ਇੱਥੇ ਚੂਨਾ ਸੁੱਟਿਆ ਸੀਗਾ, ਜਿਹੜੀ ਕਿ ਹੁਣ ਚੁਕਵਾ ਕੇ ਸਫਾਈ ਕਰਵਾ ਦਿੱਤੀ ਗਈ। ਮੰਡੀ 'ਚ ਇਹਨਾਂ ਨੂੰ ਚੂਨਾ ਸੁੱਟਣ ਦੀ ਇਜਾਜ਼ਤ ਕੌਣ ਦਿੰਦਾ? ਇਸ ਬਾਰੇ ਮਤਲਬ ਇਹਨਾਂ ਨੇ ਕੋਈ ਲਿਖਤੀ ਇਜਾਜ਼ਤ ਲਈ ਹੈ ਜਾਂ ਨਹੀਂ ਲਈ ਇਸ ਬਾਰੇ ਤਾਂ ਪਤਾ ਨਹੀਂ ਹੈਗਾ, ਪਰ ਜਦੋਂ ਮੰਡੀ ਸ਼ੁਰੂ ਹੋਈ ਹੈ, ਜਦੋਂ ਮੰਡੀ 'ਚ ਮੈਂ ਆਇਆ, ਉਹਦੇ ਚੂਨਾ ਉਸ ਤੋਂ ਆਲਰੇਡੀ ਪਹਿਲਾਂ ਪਿਆ ਸੀ। ਸੀਵਲ ਵਰਸ਼ 'ਤੇ ਕੰਮ ਚੱਲਦੇ ਆ ਜੀ, ਅਡੀਂਡਾ ਅਤੇ ਹੋਰ ਉਹ ਆਫ ਸੀਜ਼ਨ 'ਚ ਖਾਲੀ ਮੰਡੀਆਂ 'ਚ ਛੱਡ ਦਿੰਦੇ, ਅਸੀਂ ਉਹਨਾਂ ਨੂੰ ਚੁਕਾਉਂਦੇ ਹਾਂ ਸੀਜ਼ਨ ਤੋਂ ਪਹਿਲਾਂ ਸਾਰਾ ਕੁਛ, ਅਤੇ ਕਈ ਵਾਰੀ ਬਹੁਤ ਜ਼ਿਆਦਾ ਸੁੱਟੇ ਹੁੰਦੇ, ਇਸ ਵਾਰੀ ਵੀ ਅਸੀਂ ਬਹੁਤ ਜ਼ਿਆਦਾ ਉਹਨਾਂ ਨੂੰ ਚੁਕਾਇਆ, ਆਪਦੇ ਲੈਵਲ 'ਤੇ ਚੁਕਾਇਆ ਸੀ। ਹੁਣ ਵੀ ਉੱਥੇ ਕਿਸਾਨਾਂ ਦਾ ਕਹਿਣਾ ਹੈ ਕਿ ਇੱਥੇ ਜਿਹੜਾ ਅਨਾਜ ਸੁੱਟਣ ਨੂੰ ਥਾਂ ਨਹੀਂ ਗੀ ਅਤੇ ਸਾਰੀ ਮੰਡੀ ਦੇ ਵਿੱਚ ਜਿਹੜਾ ਚੂਨਾ ਖਰੀਦਿਆ, 3 ਕਿੱਲੇ ਮੰਡੀ ਅਸੀਂ ਪੱਕੀ ਕੀਤੀ, ਕਿਉਂ ਨਹੀਂ ਥਾਂ ਹੈਗੀ, 3 ਕਿੱਲੇ ਪੱਕੀ ਮੰਡੀ ਉੱਥੇ ਵਧੀਆ, ਨਲਕਾ ਵੀ ਹੈਗਾ ਜੀ, ਨਲਕਾ ਵੀ ਅਸੀਂ ਘੜੇ ਵੀ ਉੱਥੇ ਪਾਤੇ ਹੈ। ਫਾਜ਼ਿਲਕਾ ਤੋਂ ਕੈਮਰਾਮੈਨ ਸੁਰਿੰਦਰ ਦੇ ਨਾਲ ਇੰਦਰਜੀਤ ਸਿੰਘ ਦੀ ਰਿਪੋਰਟ, ਚੈਨਲ 2।